ਤਾਂ ਗੁੱਡ ਈਵਨਿੰਗ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਇੱਕ ਸਕੂਲ ਦੀ ਬਿਲਡਿੰਗ ਇਹ ਦੇਖੋ ਕਿੰਨੀ ਖੂਬਸੂਰਤ ਬਿਲਡਿੰਗ ਹੈ ਔਰ ਇਹਦਾ ਤੁਸੀਂ ਫਰੰਟ ਦੇਖ پا ਰਹੇ ਹੋ ਦੇਖੋ ਕਿੰਨਾ ਵੱਡਾ ਫਰੰਟ ਹੈ ਇਸ ਬਿਲਡਿੰਗ ਦਾ ਔਰ ਅਸੀਂ ਇਸ ਬਿਲਡਿੰਗ 'ਚ ਕੰਸਟਰਕਸ਼ਨ ਦਾ ਕੰਮ ਕੀਤਾ ਹੈ ਔਰ ਹੁਣ ਸਾਡਾ ਕੰਮ ਹੈਗਾ ਫਾਈਨਲ ਦੇ ਉੱਤੇ ਤਾ ਫਿਨਿਸ਼ਿੰਗ ਵਰਕ ਚੱਲ ਰਿਹਾ ਹੈ ਫਿਨਿਸ਼ਿੰਗ ਵਰਕ ਦੇ ਵਿੱਚ ਬਾਹਰੋਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਨੀ ਚਾਹ ਰਿਹਾ ਆ ਦੇਖੋ ਕਿ ਬੰਦਾ ਪੈਸੇ ਦੀ ਖਾਤਰ ਕੀ ਕੁਝ ਕਰਦਾ ਹੈ ਅਸੀਂ ਤਾਂ ਖੈਰ ਇਹ ਬਿਲਡਿੰਗ ਬਣਾਈ ਹੈ ਅਸੀਂ ਤਾਂ ਇਹ ਬਿਲਡਿੰਗ ਬਣਾਈ ਹੈ ਫਿਨਿਸ਼ਿੰਗ ਵਰਕ ਦੇ ਉੱਤੇ ਦੇਖ ਲਓ ਕਿ ਜਿਹੜੇ ਸਟੇਅਰ ਕੇਸ ਉੱਤੇ ਬੰਦਾ ਖੜਿਆ ਹੋਇਆ ਏ ਉਹ ਵੀ ਇੱਕ ਡੇਢ ਫੁੱਟ ਦੇ ਛੋਟੇ ਜਿਹੇ ਪੈਰਾਪੇਟ ਵਾਲ ਦੇ ਉੱਤੇ ਵੇ ਤਾਂ ਦੇਖ ਸਕਦੇ ਹੋ ਤੁਸੀਂ ਤਾਂ ਇਸ ਕਰਕੇ ਹਰੇਕ ਇਨਸਾਨ ਦੀ ਰਿਸਪੈਕਟ ਕਰਿਆ ਕਰੋ ਲਾਈਫ ਤੇ ਵਿੱਚ ਹਰੇਕ ਇਨਸਾਨ ਦੀ ਕਿਉਂਕਿ ਹਰੇਕ ਇਨਸਾਨ ਅੱਜ ਦੇ ਟਾਈਮ ਦੇ ਵਿੱਚ ਬਹੁਤ ਮਿਹਨਤ ਕਰ ਰਿਹਾ ਹੈ ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਤੇ ਗੌਰ ਕਰੋ ਰਿਸਪੈਕਟ एवरीवन ਇਹੀ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਗਾ ਮੈਂ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚੋਂ ਦੀ ਬਾਏ ਬਾਏ